ਇੱਥੇ ਸੰਗਤ ਹੜਾ ਠਾਠਾਂ ਮਾਰਦੀਆਂ ਬੈਠੀਆਂ ਪਈਆਂ ਨੇ, ਆਨੰਦ ਮਾਣ ਰਹੇ ਹੈਗੇ ਨੇ। ਇਹ ਆਨੰਦ ਤਾਂ ਹੀ ਫਾਇਦਾ ਹੈ ਕਿ ਸੰਤਨ ਸਿੰਘ ਉਮਰ ਲੇਵਾ ਦੇਵੇ, ਸੰਤਨ ਸਿੰਘ ਵਿਹਾਰਾ, ਸੰਤਨ ਸਿੰਘ ਹਮ ਲਾਹ ਖਾਟਿਆ। ਉਹ ਲਾਹ ਕਿਹੜਾ ਖਾਟਿਆ ਹੈਗਾ? ਲਾਹ ਕਹਿੰਦੇ ਨੇ ਕਿ ਮੈਨੂੰ ਫਾਇਦਾ ਕੀ ਹੋਇਆ। ਇੱਕ ਮਜ਼ਦੂਰ ਵੀਰ ਮੇਰਾ ਖੇਤ ਜਗਰ ਅਗਰ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਜਦੋਂ 8-9 ਘੰਟੇ 10 ਘੰਟੇ ਮਜ਼ਦੂਰੀ ਕਰਕੇ ਆਉਂਦਾ ਹੈ ਅਤੇ ਉਹ ਸ਼ਾਮ ਨੂੰ ਫਿਰ ਕੁਛ ਤਾਂ ਉਹਨੂੰ ਲਾਹ ਮਿਲਣਾ ਚਾਹੀਦਾ ਹੈਗਾ ਨਾ। ਅਤੇ ਭਾਈ ਤੇਰਾ ਲਾਹ ਇਹੀ ਹੈਗਾ ਆ ਕਿ ਜਿੱਥੇ ਤੂੰ ਦੁਨੀਆ ਵੀ ਕਮਾਈ ਕਰਦਾ ਕਿ ਤੂੰ ਆਪਣਾ ਦਸਵੰਤ ਵੀ ਕੱਢਣਾ ਹੈਗਾ ਆ। ਉਹ ਦਸਵੰਤ ਤੇਰਾ ਜਾਏਗਾ ਗੁਰੂ ਦੇ ਲੇਖੇ। ਤੇਰਾ ਜਿਹੜਾ 90% ਹੋਵੇਗਾ, ਜਿਹੜਾ ਤੂੰ 10% ਦਾਨ ਕੀਤਾ ਹੈਗਾ ਨਾ, ਉਹ ਤੈਨੂੰ 110% ਵਾਪਸ ਮਿਲੇਗਾ। ਹੈ ਕੋਈ ਐਸਾ ਵਿਆਜ ਕਿਹੜਾ ਬੈਂਕ ਜਾਏਗਾ ਕਿ ਤੂੰ 10% ਮੂਲ ਦੇ ਔਰ ਤੈਨੂੰ ਉਹਦੇ 'ਤੇ 110% ਵਾਪਸ ਮਿਲੇਗਾ? ਉਹ ਹੈ ਗੁਰੂ ਨਾਨਕ ਦਾ ਦਰ। ਇਹ ਬਾਬੇ ਨਾਨਕ ਦਾ ਦਰ ਹੈਗਾ ਆ ਜਿਸ ਦਰ 'ਤੇ ਤੁਸੀਂ ਅੱਜ ਬੈਠੇ ਹੈਗੇ, ਜਿਸ ਦਰ 'ਤੇ ਤੁਸੀਂ ਆਪਣੀ ਭਾਵਨਾ ਲੱਗ ਕੇ ਬੈਠੇ ਹੈਗੇ ਹੋ, ਤੈਨੂੰ 110% ਵਾਪਸ ਮਿਲੇਗਾ। ਇਹ ਗੁਰਬਾਣੀ ਕਹਿੰਦੀ, ਇਹ ਦਾਸ ਨਹੀਂ ਕਹਿੰਦਾ ਹੈਗਾ। ਦਾਸ ਦੇ ਆਪਣੇ ਜਿਸ ਤਰ੍ਹਾਂ ਜੀਵਨ 'ਚ ਕਈ ਵਾਰਤਾਂ ਹੋਈਆਂ ਨੇ, ਹਮੇਸ਼ਾ ਇਹ ਸੋਚੋ ਕਿ ਭਾਈ ਮੈਂ ਭਲਾਈ ਦੇ ਕੰਮ ਕਰਨੇ ਨੇ, ਮੈਂ ਪਰਉਪਕਾਰ ਦੇ ਕੰਮ ਕਰਨੇ ਨੇ। ਜਦੋਂ ਤੂੰ ਭਲਾਈ ਦੇ ਕੰਮ ਕਰੇਂਗਾ ਤਾਂ ਤੇਰਾ ਧਰਮ ਦਾ ਬੂਟਾ ਅੱਗੇ ਵਧੇਗਾ, ਤੇਰਾ ਧਰਮ ਦਾ ਬੂਟਾ ਹੋਰ ਮਜ਼ਬੂਤ ਹੋਏਗਾ। ਇਹ ਖਾਟ ਚਲੋ ਹਰ ਲਾਹ ਆਗੇ ਪਸੰਦ ਸੁਹੇਲਾ। ਤੇਰਾ ਜਿਹੜਾ ਹੋਏਗਾ ਨਾ ਕਿ ਤੇਰਾ ਜਿਹੜਾ ਅਗਲਾ ਸਵਰ ਜਾਏਗਾ, ਇਹ ਸੁੱਖ ਆਗੇ ਮੁੱਖ ਉਜਲ ਜਨਕਾ ਸੰਗਵੜ ਪਾਗੀ ਪਾਈਏ। ਇਹ ਸੁੱਖ ਆਗੇ ਮੁੱਖ ਉਜਲ ਜਨਕਾ ਸੰਗ ਵੜ ਪਾਗੀ ਪਾਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਤੇਰਾ ਸਵਰ ਜਾਏਗਾ, ਇਹ ਲੋਕ ਪਰ ਲੋਕ ਸੰਗ ਸਹਾਈ ਜਦ ਕਤ ਮੋਏ ਰਖਵਾਲੇ। ਦਾਸ ਦਾ ਵੀ ਜਿਸ ਤਰ੍ਹਾਂ ਭਾਵੇਂ ਦਾਸ ਅਰਬ ਦੇਸ਼ਾਂ 'ਚ ਖਾੜੀ ਦੇਸ਼ਾਂ 'ਚ ਰਹਿੰਦਾ ਹੈ, ਸਰੀਰ ਕਰਕੇ ਮੈਂ ਭਾਵੇਂ ਉੱਥੇ ਹੀ ਹੈਗਾ ਹਾਂ, ਪਰ ਮੇਰੀ ਬਿਰਤ ਜਿਹੜੀ ਹੈਗੀ ਆ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਹੈ। ਹਰ ਵੇਲੇ ਸਾਡਾ ਜਿਹੜਾ ਮਨ ਬਿਰਤੀ ਹੁੰਦੀ ਹੈਗੀ ਆ ਉਹ ਮੇਰੇ ਸ਼੍ਰੀ ਹਰਿਮੰਦਰ ਸਾਹਿਬ ਦੇ ਚਰਨਾਂ 'ਚ ਹੁੰਦੀ ਆ, ਮੇਰੇ ਗੁਰੂ ਰਾਮਦਾਸ ਦੇ ਚਰਨਾਂ 'ਚ ਹੁੰਦੀ ਹੈਗੀ ਆ। ਮੇਰੀ ਬਿਰਤੀ ਹੁੰਦੀ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ 'ਤੇ ਆਈ ਆ, ਜਿਸ ਰਿੱਟੇ ਸਭ ਦੁੱਖ ਜਾਏ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ, ਜਿੰਨੇ ਵੀ ਸਾਡੇ ਇਤਿਹਾਸਿਕ ਗੁਰਦੁਆਰੇ ਸਾਹਿਬ ਨੇ, ਦਾਸ ਦੀ ਬਿਰਤੀ ਹਮੇਸ਼ਾ ਭਾਵੇਂ ਮੈਂ ਉੱਥੇ ਕੰਮ ਕਰਦਾ ਪਿਆ ਅਰਬ ਦੇਸ਼ਾਂ ਦੇ ਵਿੱਚ। ਕਈ ਵਾਰੀ ਮਨ ਆਉਂਦਾ ਕਿਸ ਉਮਰ ਦੇ ਵਿੱਚ ਕੰਮ ਕਰਨ ਦੀ ਕੀ ਲੋੜ ਹੈਗੀ ਹੈ, ਦਾਸ ਤੇਰੇ 4 ਦਾਣੇ ਸੋਹਣੇ ਦਿੱਤੇ ਹੋਏ ਨੇ। ਸਿੱਖ ਦੀ ਕਿਰਤ ਪਹਿਲਾਂ ਹੈ, ਸਿੱਖ ਦੀ ਜਿਹੜੀ ਸੱਚੀ ਸੁੱਚੀ ਕਿਰਤ ਹੈਗੀ ਹੈ ਭਗਤੀ, ਉਹ ਭਗਤੀ ਹੈਗੀ, ਜਿਹੜੀ ਕਿਰਤ ਵੀ ਹੈਗੀ ਉਹਦੀ ਭਗਤੀ ਹੈਗੀ ਹੈ। ਸਿੱਖ ਨੇ ਕਦੇ ਵੀ ਆਪਣੇ ਕਿਰਤ ਨੂੰ ਨਹੀਂ ਛੱਡਣਾ। ਉਸ ਕਿਰਤ ਦੇ ਨਾਲ ਪਤਾ ਨਹੀਂ ਕਿਤਨੇ ਰੋਜ਼ ਹੀ ਮਿਲਦੀ ਪਈ ਹੈਗੀ ਹੈ, ਔਰ ਫਿਰ ਤੇਰਾ ਆਪਣਾ ਸਰੀਰ ਵੀ ਤੰਦਰੁਸਤ ਰਹੇਗਾ। ਹਾਂ ਠੀਕ ਹੈ, ਅਸੀਂ ਆਪਣੇ ਸਵਾਸਾਂ ਦਾ ਸੰਬੰਧ ਜ਼ਰੂਰ ਗੁਰੂ ਦੇ ਲੇਖੇ ਲਾਉਣਾ, 2 ਘੰਟੇ ਭਾਈ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਤੂੰ ਆਪਣੇ ਸਵਾਸਾਂ ਦਾ ਦਸਵੰਤ ਜ਼ਰੂਰ ਕੱਢਣਾ ਹੈਗਾ ਆ। ਦਾਸ ਨੂੰ ਵੀ ਕੁਛ ਯਾਦ ਆਇਆ ਕਿ ਕਰੀਬ 6-8 ਮਹੀਨੇ ਪਹਿਲਾਂ ਅਰਬ ਦੇਸ਼ਾਂ ਦੀ ਸਰਕਾਰ ਦੇ ਨੁਮਾਇੰਦਿਆਂ ਨੇ ਸਿੱਖਾਂ ਨੂੰ ਕਿਹਾ ਕਿ ਸਾਨੂੰ ਪਤਾ ਕਿ ਤੁਸੀਂ ਲੋਕ ਬੜੇ ਮਿਹਨਤ ਕਰਨ ਵਾਲੇ ਹੋ, ਬੜੇ ਚੰਗੇ ਲੋਕ ਹੈਗੇ ਹੋ, ਸਮਾਜ ਦੀ ਭਲਾਈ ਦਾ ਵੀ ਬੜਾ ਸੋਚਦੇ ਹੈਗੇ ਹੋ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਬਾਰੇ ਕਾਫੀ ਕਿਉਂਕਿ ਅੱਜ ਕੱਲ੍ਹ ਇੰਟਰਨੈਟ 'ਤੇ ਵੀ ਪੂਰੀ ਸਟੱਡੀ ਕੀਤੀ ਜਾ ਸਕਦੀ ਹੈ, ਅੱਜ ਪੂਰੇ ਮੋਬਾਈਲ ਦੇ ਵਿੱਚ ਪੂਰਾ ਗ੍ਰੰਥ ਸਾਹਿਬ ਜੀ ਦੇਖ ਲਵੋ, ਟੀਕੇ ਦੇਖ ਲਵੋ, ਇਤਿਹਾਸ ਦੇਖ ਲਵੋ। ਸਿੱਖ ਵਰਲਡ ਇੱਕ ਵੈਬਸਾਈਟ ਹੈਗੀ ਹੈ, ਗੁਰਬਾਣੀ ਸਰਚਰ ਹੈ, ਆਈ ਗ੍ਰੰਥ ਹੈ, ਬੜੇ ਇਹੋ ਜਿਹੇ ਮੋਬਾਈਲ ਦੇ ਉੱਤੇ ਤੁਸੀਂ ਜਿਹੜੇ ਹੈਗੇ ਨੇ ਤੁਸੀਂ ਐਪਸ ਡਾਊਨਲੋਡ ਕਰ ਲਵੋ। ਇਹਨਾਂ ਅਰਬ ਸਰਕਾਰਾਂ ਨੇ ਸਿੱਖਾਂ ਦੇ ਬਾਰੇ ਸਟੱਡੀ ਕੀਤੀ, ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਪਰਮਿਸ਼ਨ ਦਿੱਤੀ। ਅੱਜ ਗੁਰਦੁਆਰਾ ਸਾਹਿਬ ਇਤਨਾ ਵਧੀਆ, ਦੁਨੀਆ 'ਚ ਬਹੁਤ ਅੱਛੇ ਗਿਣਤੀ 'ਚ ਗੁਰਦੁਆਰਾ ਸਾਹਿਬ ਹੈਗਾ, ਪ੍ਰਬੰਧ ਵੀ ਬੜਾ ਅੱਛਾ ਹੈਗਾ ਆ। ਔਰ ਸਰਕਾਰਾਂ ਨੇ ਕਿਹਾ ਕਿ ਤੁਸੀਂ ਰਮਜ਼ਾਨ ਦੇ ਬਿਨਾਂ ਸਾਡੇ ਇੱਥੇ ਸਾਡੇ ਕੁਰਾਨ ਸੈਂਟਰ ਦੇ ਵਿੱਚ ਆਵੋ। ਅਤੇ ਦਾਸ ਵੀ ਹੁਣ ਉੱਥੇ ਗਿਆ ਸੀਗਾ, ਕਰੀਬ 200 ਨੁਮਾਇੰਦੇ ਸਿੱਖਾਂ ਵੱਲੋਂ ਗਏ ਸੀਗੇ ਅਤੇ ਸਾਰੇ ਦੇ ਬੈਚ ਲੱਗੇ ਸੀਗੇ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਜਕਾਤ ਕੱਢਦੇ ਹਾਂ 7%, 7.5% ਜੋ ਵੀ ਹੈ,
ਔਰ ਲੋੜਵੰਦਾਂ ਦੀ ਮਦਦ ਕਰਦੇ ਹਾਂ। ਮੇਰੇ ਪਿਆਰੇ ਸਾਧ ਸੰਗਤ ਜੀਓ, ਸਿੱਖਾਂ ਨੇ ਕਿਹਾ ਸਿੱਖ ਦੋ ਤਰ੍ਹਾਂ ਦੇ ਦਸਵੰਤ ਕੱਢਦਾ ਹੈ। ਸਿੱਖ ਦੋ ਤਰ੍ਹਾਂ ਦੇ ਦਸਵੰਤ ਕੱਢਦਾ ਹੈ, ਇੱਕ ਆਪਣੇ ਸਵਾਸਾਂ ਦਸਵੰਤ ਕੱਢਦਾ, ਇੱਕ ਆਪਣੇ ਕਿਰਤ ਦਾ ਦਸਵੰਤ ਕੱਢਦਾ। ਅੱਜ ਮੇਰਾ ਪੰਜਾਬ ਦੇ ਵਿੱਚ ਜਿੰਨਾ ਵੀ ਕਿਸਾਨ ਹੈਗਾ ਆ, ਜਦੋਂ ਉਹਦੀ ਫਸਲ ਹੁੰਦੀ ਹੈ ਤਾਂ ਜਾਂਦਾ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਲੰਗਰ ਸੇਵਾ ਕਰਾਉਂਦਾ ਹੈਗਾ ਆ, ਜਾਂਦਾ ਹੈਗਾ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਸੇਵਾ ਕਰਾਉਂਦਾ ਹੈਗਾ, ਜਾਂ ਆਪਣੀ ਕਿਰਤ ਕਮਾਈਆਂ ਦਾ ਜਿਹੜਾ ਹੈਗਾ ਦਸਵੰਤ ਮੈਂ ਦੇ ਰੂਪ ਦੇ ਵਿੱਚ ਪੇਟ ਕਰਦਾ ਹੈਗਾ ਆ। ਅਕਬਰ ਬਾਦਸ਼ਾਹ ਆਇਆ ਸੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਕਿ ਮੈਂ ਜਗੀਰਾ ਦੇਣਾ ਚਾਹੁੰਦਾ ਹਾਂ, ਇਹ ਲੰਗਰ ਚੱਲੇਗਾ ਸਿੱਖਾਂ ਦੀ ਕਿਰਤ ਕਮਾਈ ਦੇ ਨਾਲ। ਅਤੇ ਜਦੋਂ ਅਸੀਂ ਕੁਰਾਨ ਸੈਂਟਰ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਸਿੱਖ ਦੇ ਦੋ ਦਸਵੰਤ ਨੇ, ਮਾਇਆ ਦਾ ਵੀ ਦਸਵੰਤ ਹੈ, ਸਵਾਸਾਂ ਦਾ ਵੀ ਦਸਵੰਤ ਹੈ, ਸਿੱਖ ਕੋਈ ਭਿਖਾਰੀ ਨਹੀਂ ਹੋਏਗਾ, ਸਿੱਖ ਕੋਈ ਵੀ ਸਟੇਜ ਤੋਂ ਵੀ ਹਮੇਸ਼ਾ ਆਪਣੀ ਕਿਰਤ ਕਾਰ ਵਿਹਾਰ ਕਰਕੇ ਆਪਣੇ ਜੀਵਨ ਤੋਂ ਗੁਜ਼ਾਰਾ ਕਰੇਗਾ। ਉਹ ਬੜੇ ਹੈਰਾਨ ਇਸ ਗੱਲ ਦੇ ਲਈ ਕਿ ਜਿੱਥੇ ਉਹ ਲੋਕ ਵੀ ਜਕਾਤ ਕੱਢਦੇ ਨੇ, ਮੁਸਲਮਾਨ ਵੀਰ ਵੀ ਜਿਹੜੇ ਨੇ ਜਕਾਤ ਕੱਢਦੇ ਨੇ, ਉਹ ਖਾਸ ਕਰਕੇ ਰਮਜ਼ਾਨ ਦੇ ਮਹੀਨੇ 'ਚ ਜ਼ਿਆਦਾ ਸ਼ਰਧਾਲੂ ਹੁੰਦੇ ਨੇ। ਭਾਵੇਂ ਸਾਡੀ ਗੁਰਬਾਣੀ ਇਸ ਨੂੰ ਥੋੜ੍ਹਾ ਜਿਹਾ ਹੋਰ ਦੂਜੇ ਤਰੀਕੇ ਦੇ ਨਾਲ ਕਹਿੰਦੀ ਹੈ, ਬ੍ਰਾਹਮਣ ਗਿਆਸ ਕਰੇ ਚੌਬੀਸਾ ਕਾਜੀ ਮਹਿ ਰਮਜ਼ਾਨਾ, 11 ਮਾਸਕ ਪਾਸ ਕੇ ਰੱਖ ਕੇ ਇੱਕ ਮਾਹ ਨਿਧਾਨਾ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਭਗਤ ਕਬੀਰ ਦਾ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ 11 ਮਾਸ ਪਾਸ ਕੇ ਰੱਖ ਕੇ ਇੱਕ ਮਾਹ ਨਿਧਾਨਾ, ਕਿ ਮੁਸਲਮਾਨ ਵੀਰ ਕਹਿੰਦਾ ਹੈਗਾ ਕਿ ਵੀ ਜਿਹੜਾ ਰਮਜ਼ਾਨ ਦਾ ਮਹੀਨਾ ਹੈਗਾ ਮੇਰਾ ਬੜਾ ਪਵਿੱਤਰ ਮਹੀਨਾ, ਇਸੇ ਮਹੀਨੇ 'ਚ ਮੇਰਾ ਸਾਰਾ ਕੁਛ ਹੈਗਾ ਆ। ਅਤੇ ਕਬੀਰ ਜੀ ਕਹਿੰਦੇ ਨੇ ਕਿ ਤੂੰ 11 ਮਹੀਨੇ ਪਾਸੇ ਰੱਖ ਦਿੰਦਾ, ਤੂੰ ਕਹਿੰਦਾ ਇੱਕੋ ਮਹੀਨੇ 'ਚ ਖੁਦਾ ਹੈਗਾ ਆ। ਤਾਂ ਗੁਰੂ ਨਾਨਕ ਦਾ ਜਿਹੜਾ ਸਿੱਖ ਹੈਗਾ ਉਹ ਕਹਿੰਦਾ ਕਿ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ, ਤੇਰੇ ਅੰਦਰ ਪ੍ਰਭੂ ਪਰਮਾਤਮਾ ਅੰਦਰ ਬੈਠਾ ਹੈਗਾ ਆ। ਪਰ ਇਹ ਕਦੋਂ ਹੈਗਾ ਕਿ ਤੈਨੂੰ ਮਿਲੇਗਾ ਇਹ ਲਾਹਾ, ਕਿਸ ਤਰ੍ਹਾਂ ਕਿੱਥੋਂ ਮਿਲੇਗਾ ਤੈਨੂੰ ਅੰਦਰੋਂ? ਸੰਤਨ ਮੌਕੋ ਪੂੰਜੀ ਸੌਂਪੀ ਅਤੇ ਉਤਰੇ ਮਨ ਕਾ ਧੋਖਾ, ਸੰਤਨ ਮੌਕੋ ਪੂੰਜੀ ਸੌਂਪੀ ਅਤੇ ਉਤਰੇ ਮਨ ਕਾ ਧੋਖਾ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰੋ ਟਰਾਕ ਦੇ ਵਿੱਚ ਹੈ, 614 ਅੰਗ 'ਤੇ ਹੈ। ਦਸ ਕਦੇ ਵੀ ਸਟੇਜ 'ਤੇ ਬਾਣੀ ਪੜ੍ਹੇਗਾ, ਕੱਚੀ ਬਾਣੀ ਕਦੇ ਵੀ, ਜੋ ਵੀ ਬਾਣੀ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ, ਭਾਈ ਗੁਰਦਾਸ ਦੀ ਬਾਣੀਆਂ ਪੜ੍ਹੇਗਾ, ਪਰ ਕਦੀ ਇੱਧਰ ਉੱਧਰ ਦੀ ਬਾਣੀ ਨਹੀਂ ਪੜ੍ਹੇਗਾ। ਕਿਵੇਂ ਕਰਨਾ? ਸਾਡਾ ਸ਼ਕਤੀ, ਸਾਡੇ ਅੰਦਰ ਜੋਤ, ਸਾਡੇ ਅੰਦਰ ਪ੍ਰਕਾਸ਼, ਜੋ ਸਾਡੇ ਨੇਤਰਾਂ ਦੇ ਵਿੱਚ, ਕੰਨਾਂ ਚਿੰਦਰੀਆਂ ਵਿੱਚ, ਸਿਵਾਏ ਗੁਰਬਾਣੀ ਸਾਡੇ ਕੋਲ ਹੋਰ ਕੁਛ ਨਹੀਂ ਹੈਗਾ, ਔਰ ਸਿੱਖ ਦੇ ਕੋਲ ਹੋਣਾ ਵੀ ਨਹੀਂ ਚਾਹੀਦਾ ਹੈਗਾ। ਜੇ ਜਿਸ ਤਰ੍ਹਾਂ ਕਿ ਦਾਸ ਦੀ ਉਮਰ ਦੇ ਮੁਤਾਬਕ ਸੋਚਿਆ ਕਿ ਵੀ ਕੁਛ ਨਾ ਕੁਛ ਪਰਿਵਾਰ ਦੇ ਲਈ, ਕੋਈ ਸਮਾਜ ਦੇ ਲਈ, ਕੋਈ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੁੰਦੇ ਨੇ, ਤਾਂ ਦਾਸ ਨੇ ਦਿੱਲੀ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਗੁਰਦੁਆਰਾ ਨਾਨਕ ਸਾਹਿਬ ਬਣਾਇਆ, ਜਿੱਥੇ ਕਿ ਦਾਸ ਵੀ ਸੇਵਾ ਕਰ ਰਹੇ, ਹੋਰ ਵੀ ਦਾਸ ਦੇ ਨਾਲ ਗੁਰਮੁਖ ਪਿਆਰੇ ਜਿਹੜੇ ਕਿ ਦਾਸ ਨੂੰ ਸਹਿਯੋਗ ਦੇ ਰਹੇ ਨੇ, ਭਾਈ ਚਰਨਜੀਤ ਸਿੰਘ ਜੀ ਇੰਜੀਨੀਅਰ ਹੈਗੇ ਨੇ, ਬੜਾ ਸਹਿਯੋਗ ਦੇ ਰਹੇ ਨੇ, ਪੱਪੂ ਜੀ ਮਹਿੰਦਰ ਸਿੰਘ ਜੀ ਮੁਜ਼ੱਫਰਨਗਰ ਵਾਲੇ ਜਿਹਦੇ ਕਿ ਬਜ਼ੁਰਗਾਂ ਨੇ, ਬਾਬਾ ਈਸ਼ਰ ਸਿੰਘ ਦੀ ਪੂਰੀ ਜ਼ਿੰਦਗੀ ਸੇਵਾ ਕੀਤੀ। ਉਹ 5 ਭਰਾ ਸੀਗੇ, 5 ਭਰਾ ਬਾਬਾ ਈਸ਼ਰ ਸਿੰਘ ਦੇ ਨਾਲ ਉਹਨਾਂ ਚਾਕਰੀ ਕੀਤੀ ਸੀਗੀ ਪੂਰੀ ਜ਼ਿੰਦਗੀ ਉਹਨਾਂ ਨੇ। ਜਦੋਂ ਵੀ ਉਹ ਬਜ਼ੁਰਗ ਹੋਏ ਨੇ, ਫਿਰ ਉਹਨਾਂ ਦਾ ਵੀ ਉਹਨਾਂ ਸੰਪਰਕ ਬਣਿਆ ਸੀਗਾ। ਅਖੀਰਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਬਜ਼ੁਰਗ, ਅਖੀਰਲੇ ਬਜ਼ੁਰਗ ਸੀਗੇ, ਉਹ ਵੀ ਸਰੀਰ 'ਚ ਚੜ੍ਹਾਈ ਕਰ ਗਏ ਨੇ। ਉਹ ਪੱਪੂ ਜੀ ਵੀ ਜਿਹੜੇ ਨੇ ਬੜਾ ਸਹਿਯੋਗ ਦੇ ਰਹੇ ਨੇ। ਇਹ ਕਿੱਥੇ ਇਹ ਪਰਉਪਕਾਰ ਦਾ ਕੰਮ ਹੋ ਰਿਹਾ? ਕੌਣ ਕਰ ਰਿਹਾ? ਸਿੱਖ ਕਰ ਰਿਹਾ। ਸਿੱਖ ਕਿੱਥੋਂ ਕਰ ਰਿਹਾ? ਕਿ ਸੰਤਨ ਸਿਹਮ ਲਾਹ ਖਟਿਆਰ ਭਗਤ ਪਰੇ ਭੰਡਾਰ, ਸੰਤਨ ਮੌਕੋ ਪੂੰਜੀ ਸੌਂਪਿਓ ਅਤੇ ਉਤਰੋ ਮਨ ਕਾ ਧੋਖਾ। ਮੇਰੇ ਮਨ ਦੇ 'ਚ ਕੀ ਸੀਗਾ? ਕਿ ਮੇਰੇ ਮਨ ਦੇ 'ਚ ਕੋਈ ਵੀ ਜਿਹੜਾ ਸੀਗਾ ਮੈਨੂੰ ਸ਼ੰਕਾ ਨਹੀਂ ਰਹੀ, ਉਹ ਮੈਂ ਲਾਭ ਉਠਾਇਆ। ਉਹ ਕਿਹੜਾ ਲਾਭ ਉਠਾਇਆ ਮੈਂ? ਕਿ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ। ਉਹ ਕਿਹੜਾ ਲਾਭ ਉਠਾਇਆ? ਦਾਸ ਜੀ ਜਦੋਂ ਦਿੱਲੀ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਤਾਂ ਮੈਨੂੰ ਕਈ ਹੁਣ ਇਸ ਲਈ ਫੋਨ ਆਉਂਦੇ ਨੇ, ਕੋਈ ਨਾ ਕੋਈ ਪਰਿਵਾਰਾਂ 'ਚ ਮਜਬੂਰੀ ਆਉਂਦੀ ਆ, ਕੋਈ ਨਾ ਕੋਈ ਮੁਸ਼ਕਿਲ ਆਉਂਦੀਆਂ ਨੇ, ਕੋਸ਼ਿਸ਼ ਕਰੀਦੀ ਆ। ਦਾਸ ਦੇ ਜਿਹੜੇ ਮਿੱਤਰ ਨੇ ਗੁਰਮੁਖ ਪਿਆਰੇ ਦੁਬਈ ਦੇ ਨੇ, SP ਓਬਰਾਏ, ਜਿਹਨਾਂ ਦਾ ਕਿ ਸਰਬਤ ਦਾ ਭੱਲਾ ਟਰੱਸਟ ਹੈ, ਇੱਥੇ ਇੰਡੀਆ 'ਚ ਚੱਲਦਾ, ਕਈ ਜਗ੍ਹਾ ਹੁਣ ਚੱਲ ਰਿਹਾ ਨੇ, ਬੜੇ ਭਲਾਈ ਦੇ ਕੰਮ ਕਰਦੇ ਨੇ। ਅਤੇ ਦਾਸ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਿਹਾ ਹੈਗਾ ਕਿ ਦਾਸ ਵੀ ਆਪਣੇ ਵੱਲੋਂ ਜੋ ਸਮਰੱਥ ਹੁੰਦੀ, ਕਈ ਗਰੀਬ ਪਰਿਵਾਰਾਂ ਦੇ ਵਿਆਹ ਕਰਾਏ ਜਾਂਦੇ ਨੇ, ਕਈ ਬੱਚੀਆਂ ਦੀ, ਖਾਸ ਕਰਕੇ ਲੜਕੀਆਂ ਦੇ ਲਈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਭੈੜੀ ਖਿਆਲ ਹੈਗੀ ਹੈ ਕਿ ਲੜਕੀ ਸਾਡੇ 'ਤੇ ਬੋਝ ਹੈਗੀਆਂ, ਲੜਕੀਆਂ ਤੁਹਾਡੇ ਲਈ ਬੋਝ ਆ ਗਿਆ, ਮੇਰੇ ਲਈ ਪੂੰਜੀ ਹੈਗੀ ਹੈ, ਮਾਫ਼ ਕਰਨਾ, ਲੜਕੀਆਂ ਤੁਹਾਡੇ ਲਈ ਮਜਬੂਰੀ ਹੈਗੀ ਆ, ਤੁਸੀਂ ਉਹਨੂੰ ਸਮਝੋ ਕਿ ਮੇਰੇ 'ਤੇ ਬੋਝ ਹੈਗਾ। ਦਾਸ ਕਹਿੰਦਾ ਲੜਕੀਆਂ ਮੇਰੇ ਲਈ ਧਨ ਹੈਗੀਆਂ, ਲੜਕੀਆਂ ਮੇਰੇ ਲਈ ਖਜ਼ਾਨਾ ਹੈਗੀਆਂ ਨੇ,
जिस लड़कियों गुरु नानक साहब ने सत्कार किया अस दीवार दे विच ओ साडियां पूंजी हैगियां ने। तुसीं कदे इस ख्याल विच ना रहना कि लड़कियां साडे ते बोझ हैगियां ने, इस भुलेखे च ना रहना। हर जीव जिहड़ा इंसान दुनिया च आंदा हैगा अपने कर्म लैके आंदा, अपने भाग लैके आंदा। तुहाडे कोलों अगर बच्चियां दी पढ़ाइयां, बच्चियां दे विआहां दे लई मुश्किल पैंदियां ने, आओ दिल्ली दास दे स्थान दे विखे जो भी दास दी समर्थ होवेगी, दास जी को प्यार वाले कई गुरमुख प्यारे ने जिहड़े कोई ना कोई सेवा करन वाले हैगे ने, तुहाडियां मुश्किलां नूं सरल कीता जाएगा। एक ही गुरबाणी कहती है कि संतन सिंह हमला खटियर भगत परे भंडार, संतन मौको पूंजी सौंपी तो उतरिया मन का धोखा। यह जरा संसार सिख ने पहला ही काम करना है, उन्हें धर्म पिछों करना, कमाई पहला उन्हें करना कि मैं समाज की भलाई करम, सर्व धर्म में श्रेष्ठम हर को नाम जप निर्मल करम, हर को नाम जप निर्मल करम। गुरु अर्जन देव महाराज जी ने पहला कहा कि तेरे कर्म जड़े ने निर्मल होने चाहिए ने। तू ये नहीं देखना कि मेरा सिख हैगा, मेरा मुसलमान है, मेरा क्रिश्चन हैगा, या तेरे कर्म। दास भी बॉम्बे में एक सरकारी दफ्तर के बाहर जो निकलता है ना, तो वो बाहर लिखे मैं बड़ा बहुत अच्छा लगता। मैं कई साल तो पढ़ता और कई साल पढ़ के मन बड़ा गदगद होता है, क्योंकि बॉम्बे के साउथ कोस्ट के नेवी का पूरा कलोनी हैगी है, क्योंकि कोस्टल एरिया सारा होने करके। तो नेवी ऑफिस के बाहर लिखा कर्म ही धर्म, हिंदी लिखा कर्म ही धर्म। मेरा मन बड़ा गदगद और मैं कई बार इस चीज़ को सोचा और अपने मन में कोशिश की है कि मेरे देखो गुरु अर्जन साहब महाराज ने कहता है कि सर्व धर्म में श्रेष्ठ धर्म हर को नाम जप निर्मल कर्म, सगल क्रिया में उत्तम क्रिया सत्संग दुर्मत मल हेरिया। तेरे अंदर दुर्मत पैड़ी मत जड़ी हैगी है कि पैड़ी मत की हैगी है कि भी दूसरे धर्म का बंदा जड़ा हैगा मेरे धर्म का, मैं वो तो इंसानियत नहीं करनी हैगी। एक कलगियां वाल का उपदेश नहीं हैगा, एक गुरु नानक का संदेश नहीं हैगा। गुरु नानक का उपदेश हैगा कि पहले तो भाई गरीबों की बेसहारा की जितनी मदद कर सकता पहले करो भाई, तुम अपने जरा दसवंत देना हैगा, दसवंत दे लोड़मंदा की पूर्ति करनी हैगी है। तो कदों कि भेटत संघ पाव ब्रह्म चित आया संगत कर संतोख मन पाया। संतोख कहते हैं कि अपने मन च तृप्ति शांति आ गई कि मेरे को जो दिता मेरे मालिक ने बहुत ज़्यादा दिता, मैं तो इसके लायक नहीं सीगा, मैं तो इसके काबल नहीं सीगा। ये जो कदों कि भेटत संघ तो की पार ब्रह्म चित आया कि जो मैं संगत की, मैं साध संगत दे आया, मेरा प्रभु परमात्मा मेरे हिरदे च वसिया, और जो मेरा परमात्मा मेरे हिरदे च वसिया तो की हो गया कि संगत कर तो संतोख मन पाया। पाया मतलब मैं प्राप्त की, जड़ी कोई चीज़ बाहर अंदर जाती है ना उन्हें कह ना कि मैं पाया, जड़ी बाहर दी बाहर सी वो की होया, पर जड़ी तू बाणी पढ़ी उन्हें हिरदे च वसाया। क्योंकि दास कई बार देखता है कि गुरबाणी असी अपना याद करिए हिरदे च वसाइए और फिर उठद बैठद असी उन्होंने बाणी गाइए तो देखो की होएगा कि तेरे मन दे च की होएगा। ए लोके सुख पाया नहीं पेट धर्म राया, हर दर के शोभावंत फुन गर्भ नहीं बसंत। की ए लोके सुख पाया, लोके दा मतलब कि पूरे जगत ने पूरे संसार ने, तो गुरबाणी कहते कि नहीं पेट तो धर्म राया, धर्म राज दे कोल तेरा कोई लेखा जोखा नहीं रहेगा, तेरे सारे फिर कागज पाट दते जाएंगे। तो कदों हर दरगे शोभावंत, शोभावंत के दरगाह जी तेरी खुशामदी होवेगी। गुरु नानक बैठे ने बामा खोल के बैठे ने अपने बालक दे के, अपने बालक आप रखे पार ब्रह्म गुरुदेव बैठे ने कि मेरा बच्चा आएगा। तो गुरबाणी की कहती है कि फून गर्भ नहीं ना ही बसंत, फून गर्भ ना ही बसंत, नन्हे नु करना हैगा। तो गुरबाणी इसी तरह सानू बार बार कहती है कि संघ च बैठो, कोशिश करो। जड़े गुरुआं दा इतिहास, सिखां दा इतिहास, शहीदां दा इतिहास अपने बच्चों नू सुनाइए। पिछे जावे दिल्ली दे दिल्ली से गुरुद्वारा प्रबंधक कमेटी जिहदे मुखी
ਮਨਜੀਤ ਸਿੰਘ ਜੀ ਕੇ ਬਹੁਤ ਹੀ ਦਾਸ ਉਹਦਾ ਸਤਿਕਾਰ ਕਰਦਾ ਹੈ, ਭਾਵੇਂ ਉਹ ਜੋ ਵੀ ਕਰ ਰਹੇ ਨੇ, ਬਾਦਲ ਸਰਕਾਰ ਦੀ ਛੱਤਰ ਛਾਇਆ ਹੇਠ ਉਹਨਾਂ ਦੇ ਮਾਰਗ 'ਤੇ ਚੱਲਦੇ ਪਏ ਨੇ। ਔਰ 232ਵਾਂ ਸਾਲ ਜੋ ਦਿੱਲੀ ਦਾ ਫਤਿਹ ਦਿਵਸ ਮਨਾਇਆ, ਦਾਸ ਨੂੰ ਵੀ ਨਿਮੰਤਰਣ ਆਇਆ ਸੀ ਦੁਬਈ ਬਾਈ ਮੇਲ ਆਇਆ ਸੀਗਾ, ਅਤੇ ਦਾਸ ਉਚੇਚਾ ਵੀ ਇੱਥੇ ਫਿਰ ਦਿੱਲੀ ਪਹੁੰਚਿਆ ਸੀਗਾ। ਔਰ ਜੋ ਮਤਲਬ ਇਤਿਹਾਸ ਦੇ ਬਾਰੇ ਜਾਗਰਤੀ ਕਰਾਈ, ਭਾਵੇਂ ਦਾਸ ਨੇ ਪੜ੍ਹਿਆ ਸੀਗਾ ਪਰ ਦਾਸ ਦੀ ਸੈਂਸ ਦੇ ਵਿੱਚ ਇੰਨਾ ਡੂੰਘਾ ਨਹੀਂ ਸੀ ਬੈਠਾ, ਪਰ ਜਦੋਂ ਕਿ ਦਾਸ ਨੇ ਅੱਖਾਂ ਨਾਲ ਦੇਖਿਆ, ਅੱਖਾਂ ਨਾਲ ਸੁਣਿਆ ਕਿ ਸਿੱਖਾਂ ਦੀ ਕਿਆ ਸ਼ਹਾਦਤਾਂ ਸੀਗੀਆਂ, ਕਿਆ ਕੁਰਬਾਨੀਆਂ ਸੀਗੀਆਂ ਦਿੱਲੀ ਨੂੰ ਫਤਿਹ ਕਰਨ ਦੇ ਲਈ। ਸਿੱਖ ਨੇ ਕਦੀ ਵੀ ਧਰਤੀ 'ਤੇ ਰਾਜ ਨਹੀਂ ਕੀਤਾ ਔਰ ਨਾ ਹੀ ਸਿੱਖ ਕਦੇ ਰਾਜ ਕਰੇਗਾ। ਸਿੱਖ ਰਾਜ ਕਰੇਗਾ ਜ਼ੁਲਮ ਦੇ ਖਿਲਾਫ, ਬੇਸਹਾਰਿਆਂ ਦੇ ਖਿਲਾਫ। ਅਤੇ ਜਦੋਂ ਅੰਗਰੇਜ਼ਾਂ ਤੋਂ ਪਹਿਲਾਂ ਜਦੋਂ ਕਿ ਇਸਲਾਮਿਕ ਰਾਜ ਚੱਲਦਾ ਸੀ, ਮੁਗਲ ਰਾਜ ਸੀਗਾ, ਤਾਂ ਮੁਗਲ ਜਿਹੜੇ ਸੀਗੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਲਵੋ, ਵੱਡੇ ਸਾਹਿਬਜ਼ਾਦਿਆਂ ਦਾ ਦੇਖ ਲਵੋ, ਹੋਰ ਵੀ ਇਤਿਹਾਸ ਦੇਖ ਲਵੋ ਕਿ ਕਿਤਨੇ ਤਸੀਹੇ ਦਿੱਤੇ ਗਏ ਸੀਗੇ ਕਿ ਹਿੰਦੁਸਤਾਨੀਆਂ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸੀਗੇ ਗਿੱਧੀ ਦੇ ਬਾਜ਼ਾਰਾਂ 'ਚ, ਮੂੰਹ ਦੇ ਬੋਲ ਪੈਂਦੇ ਸੀਗੇ, ਜਾਂ ਉਹਨਾਂ ਜਬਰੇ ਉਹਨਾਂ ਦੇ ਵਿਆਹ ਕੀਤੇ ਜਾਂਦੇ ਸੀ, ਜਾਂ ਪੈੜੇ ਕੰਮ ਜਾਂ ਜੋ ਵੀ ਸੀਗਾ। ਸਿੱਖ ਨੇ ਉਹ ਲੜਕੀਆਂ ਨੂੰ, ਉਹ ਬੱਚੀਆਂ ਨੂੰ, ਉਹ ਕੰਨਿਆਂ ਨੂੰ ਉੱਥੋਂ ਉਹਨਾਂ ਜ਼ਾਲਮਾਂ ਦੇ ਕੋਲੋਂ ਛੁਡਾ ਕੇ ਉਹਨਾਂ ਦੇ ਮਾਤਾ ਪਿਤਾ ਦੇ ਘਰ ਪਹੁੰਚਾਇਆ। ਤਾਂ ਜਦੋਂ ਕਿ ਦੇਖਿਆ ਕਿ ਸਿੱਖਾਂ ਨੇ ਦੇਖਿਆ ਕਿ ਮੁਗਲਾਂ ਦੇ ਰਾਜ ਦੇ ਵਿੱਚ ਬੜੇ ਅੱਤਿਆਚਾਰ ਹੁੰਦੇ ਨੇ, ਤਾਂ ਜਦੋਂ ਕਿ ਇਹਨਾਂ ਨੇ ਫਤਿਹ ਦਿਵਸ ਮਨਾਇਆ, ਦਾਸ ਨੇ ਚੜ੍ਹਦੇ ਕਲਾ ਟਾਈਮ ਟੀਵੀ 'ਤੇ ਵੀ ਪ੍ਰੋਗਰਾਮ ਲਾਈਵ ਵੀ ਦੇਖਿਆ, ਕੋਈ ਪ੍ਰੋਗਰਾਮ ਉੱਥੇ ਗਿਆ ਵੀ ਸੀਗਾ, ਪਰ ਜੋ ਜਾਗਰਤੀ ਉਸ ਇਤਿਹਾਸ ਤੋਂ ਆਈ, ਇਹ ਕਹਿੰਦੇ ਸੀਗੇ ਇਹ ਪਰਉਪਕਾਰ ਦੇ ਕੰਮ ਜਿਹੜੇ ਕਮੇਟੀਆਂ ਕਰਦੀਆਂ ਪਈਆਂ ਨੇ, ਕਿਉਂਕਿ ਜਗਿਆਸੂ ਨੂੰ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ, ਜੈਸੇ ਸਾਡੇ ਇਸ ਬੰਦੇ ਨੂੰ, ਬਜ਼ੁਰਗਾਂ ਨੂੰ, ਅਤੇ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈਗੀ ਆ, ਇਹੋ ਜਿਹੇ ਉਪਰਾਲੇ ਜਦੋਂ ਕੀਤੇ ਜਾਂਦੇ ਨੇ ਨਾ, ਤਾਂ ਹੀ ਗੁਰਬਾਣੀ ਕਹਿੰਦੇ ਕਿ ਲੋਕੇ ਸੁੱਖ ਪਾਇਆ ਨੇ ਪੇਟੇ ਅਤੇ ਧਰਮ ਰਾਇਆ, ਹਰ ਦਰਗੇ ਸੋਭਾਵੰਤ ਫੁਨ ਗਰਭ ਨਾਹੀਂ ਬਸੰਤ। ਮਤਲਬ ਫੁਨ ਮਤਲਬ ਦੁਬਾਰਾ ਤੂੰ ਗਰਭ ਦੇ ਵਿੱਚ ਨਹੀਂ ਆਏਗਾ, ਤੂੰ ਮਾਂ ਦੇ ਗਰਭ ਦੇ ਵਿੱਚ ਨਹੀਂ ਆਏਗਾ, ਇਨਕਾਰਨੇਸ਼ਨ ਤੇਰਾ ਨਹੀਂ ਹੋਵੇਗਾ, ਤੇਰਾ ਜਨਮ ਮਰਨ ਤੇਰਾ ਜਿਹੜਾ ਗੇੜ ਹੋਏਗਾ ਤੇਰਾ, ਕਿ ਜਾਂ ਕੇ ਮਨ ਗੁਰ ਕੇ ਪ੍ਰਤੀਸ ਤੀਜਿਆਂ ਨੇ ਆਵੇ ਪ੍ਰਭ ਚਿਤ, ਜਨਮ ਮਰਨ ਤਾਂ ਕਾ ਦੁੱਖ ਨਿਵਾਰੇ, ਦੁਲਭ ਦੇ ਤਤਕਾਲ ਉਧਾਰੇ। ਦਾਸ ਦੇ ਮਿੱਤਰ ਨੇ ਦੁਬਈ ਦੇ ਵੇਖੇ, ਹੁਣ ਤਾਂ ਪਿਛਲੇ 8-10 ਸਾਲ ਤੋਂ ਕੈਲਗਰੀ ਕੈਨੇਡਾ ਮਾਈਗ੍ਰੇਟ ਕਰ ਗਏ ਨੇ। ਦਾਸ ਦਾ ਬਹੁਤਾ ਜੀਵਨ ਜਿਹੜਾ ਹੈਗਾ ਅੱਗੇ ਲਿਆਉਣ ਵਾਲੇ ਮੇਰੇ ਉਹੀ ਗੁਰਮੁਖ ਪਿਆਰੇ ਨੇ, ਯਾਨੀ ਬਲਦੇਵ ਸਿੰਘ। ਪਹਿਲਾਂ ਤਾਂ ਬੜੇ ਛੋਟੇ ਕਿਰਤ ਵਿਹਾਰ ਕਰਦੇ ਸੀਗੇ, ਅਤੇ ਜਦੋਂ ਸਨ 1981 ਦੇ ਵਿੱਚ 80 ਦੇ ਵਿੱਚ ਜਦੋਂ ਕਿ ਕੁਵੈਤ ਅਤੇ ਇਰਾਕ ਦੇ ਲੜਾਈ ਹੋਈ ਹੈ, ਅਤੇ ਦਾਸ ਨੇ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਹੋਇਆ ਸੀਗਾ, ਅਤੇ ਲੜਾਈ ਜਦੋਂ ਹੋਈ ਤਾਂ ਉਹਨਾਂ ਨੇ ਉਹ ਮੋਟਰਸਾਈਕਲ ਵੇਚ ਦਿੱਤਾ, ਕਿਉਂਕਿ ਮੇਰੇ ਘਰ ਰੋਜ਼ ਆਉਂਦੇ ਸੀਗੇ, ਮੇਰੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਸੀਗੇ, ਪੰਜਾਬੀ ਸਿਖਾਉਂਦੇ ਸੀਗੇ, ਉਹ ਵੀ ਜੋ ਸੀਗਾ, ਕਿਉਂਕਿ ਉਹਨਾਂ ਦੀ ਫੈਮਿਲੀ ਸੀਗੀ ਇੰਡੀਆ ਦੇ ਵਿੱਚ, ਤਾਂ ਇੱਥੇ ਆਪਣਾ ਮੇਰੇ ਘਰ ਆਉਂਦੇ ਸੀਗੇ, ਮੇਰੇ ਬੱਚਿਆਂ ਨੂੰ ਸਿਖਾਉਂਦੇ ਸੀਗੇ, ਹਫ਼ਤੇ 3-4 ਵਾਰੀ ਆਉਂਦੇ ਸੀਗੇ, ਅਤੇ ਕਿਉਂਕਿ ਉਹਦੇ ਵਰਕ ਪਲੇਸ ਤੋਂ ਮੇਰੇ ਪਲੇਸ ਤੱਕ ਆਉਣ ਦੇ ਲਈ ਥੋੜ੍ਹਾ ਡਿਸਟੈਂਸ ਪੈਂਦਾ ਸੀਗਾ, ਬੱਸ ਵਗੈਰਾ ਇੰਨਾ ਪਬਲਿਕ ਟਰਾਂਸਪੋਰਟ ਸਿਸਟਮ ਪਹਿਲਾਂ ਦੁਬਈ ਵਗੈਰਾ 'ਚ ਨਹੀਂ ਬਹੁਤਾ ਪਾਪੂਲਰ ਸੀਗਾ, ਤਾਂ ਉਹਨਾਂ ਨੇ ਮੋਟਰਸਾਈਕਲ ਲੈ ਕੇ ਦਿੱਤਾ, ਅਤੇ ਜਦੋਂ ਗਲਫ ਬਾਹਰ ਹੋਈ ਹੈ ਇਹਨਾਂ ਨੇ ਮੋਟਰਸਾਈਕਲ ਵੇਚ ਦਿੱਤਾ। ਕਹਿੰਦੇ ਗੌਰੀ ਸਾਹਿਬ ਇਹ ਮਾਇਆ, ਕਿਉਂਕਿ ਹੁਣ ਇਹ ਜਿਹੜੇ ਅਰਬ ਦੇਸ਼ਾਂ 'ਚ ਲੜਾਈਆਂ ਹੋਣ ਲੱਗੀਆਂ ਨੇ, ਤਾਂ ਸਾਰਾ ਇੱਥੋਂ ਜਿਹੜਾ ਹੈਗਾ ਪੰਜਾਬੀ, ਇੰਡੀਅਨ, ਹਿੰਦੁਸਤਾਨੀ ਸਾਰੇ ਚਲੇ ਜਾਣਗੇ। ਮੈਂ ਕਿਹਾ ਗੁਰਮੁਖੋ ਕੀ ਕੀਤਾ ਤੁਸੀਂ, ਇਹ ਤਾਂ ਮੈਂ ਤੂੰ ਤੁਹਾਨੂੰ ਗੁਰੂ 'ਤੇ ਭਰੋਸਾ ਨਹੀਂ ਹੈਗਾ, ਗੁਰੂ 'ਤੇ ਸ਼ਰਧਾ ਨਹੀਂ ਹੈਗੀ। ਮੈਂ ਕਿਹਾ ਲਓ ਮਾਇਆ, ਤੂੰ ਹੋਰ ਮਾਇਆ ਲਵੋ, ਤਾਂ ਤੁਸੀਂ ਨਵਾਂ ਮੋਟਰਸਾਈਕਲ ਲਵੋ, ਔਰ ਕੱਲ੍ਹ ਦਾ ਕੱਲ੍ਹ ਲੈਣਾ ਤੁਸੀਂ ਨਵਾਂ ਮੋਟਰਸਾਈਕਲ, ਉਸ ਤੋਂ ਵੀ ਵੱਡਾ ਲੈ ਕੇ ਦਿੱਤਾ, ਕਿਉਂਕਿ ਛੋਟੇ ਦੇ ਨਾਲ ਥੋੜ੍ਹਾ ਟ੍ਰੇਲਰ ਵਗੈਰਾ ਆਉਣ ਜਾਣ ਨਾਲ। ਤਾਂ ਕਹਿਣ ਦਾ ਭਾਵ ਹੈਗਾ ਆ ਕਿ ਭਾਈ ਜਦੋਂ ਤੂੰ ਗੁਰੂ ਦੇ ਲੜ ਲੱਗੇਗਾ ਤਾਂ ਫੁਨ ਗਰਭ ਨਹੀਂ ਬਸੰਤ, ਤੂੰ ਅਗਰ ਗੁਰੂ ਬਾਣ ਦੇ ਲੜ ਲੱਗੇਗਾ, ਅਗਰ ਅਸੀਂ ਸੰਤ ਕਹਿੰਦੇ ਹੈਗੇ ਤਾਂ ਇਹੋ ਜਿਹੇ ਜਗਿਆਸੂ ਜਿਹੜੇ ਨੇ ਜਿਹਨਾਂ ਦੇ ਅੰਦਰ ਪੀੜਾ ਸੀਗੀ, ਕਿਉਂਕਿ ਦਾਸ ਨੂੰ ਕਰੀਬ ਇਹਨਾਂ ਨੇ 15-20 ਸਾਲ ਗੁਰਬਾਣੀ ਸਿਖਾਇਆ, ਮੈਨੂੰ ਕੀਰਤਨ ਸਿਖਾਇਆ, ਮੈਨੂੰ ਬੜਾ ਕੁਛ ਇਹਨਾਂ ਨੇ ਸਿਖਾਇਆ, ਅਸੀਂ ਉਹਨਾਂ ਨੂੰ ਸੰਤ ਨਾ ਕਹੀਏ, ਸੰਤ ਕਹੀਏ ਇਹੋ ਜਿਹੇ ਗੁਰਮੁਖਾਂ ਨੂੰ ਜਿਹੜਾ ਨੂੰ ਕਿ ਅੱਜ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਕੈਲਗਰੀ ਦੇ ਕੈਲਗਰੀ ਵਿੱਚ ਰਹਿੰਦਾ ਹੈਗਾ ਨੇ, ਬੱਚੇ ਬੜੇ ਗੁਰਸਿੱਖ ਨੇ, ਬਹੁਤ ਸੋਹਣਾ ਕੀਰਤਨ ਕਰਦੇ ਨੇ, ਪੂਰੇ ਉਹਦੇ ਦਾੜੇ ਪ੍ਰਕਾਸ਼ ਨੇ, ਪੂਰਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਆ, ਬੜਾ ਗੁਰਸਿੱਖੀ ਜੀਵਨ ਵਾਲਾ ਹੈਗਾ ਆ। ਇਹੋ ਜਿਹੇ ਮਸਾਲਾ ਅਸੀਂ ਹਰ ਘਰ ਦੇ ਵਿੱਚ ਕਰੀਏ।